ਸਾਸ਼ਿਕਾ ਮੈਂ ਹਾਂ ਪ੍ਰਿਆ ਸ਼ੁਕਲਾ ਖੇਤੀਬਾੜੀ ਦੇ ਇਸ ਖਾਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਇਸ ਹਫ਼ਤੇ ਦੀਆਂ ਮੁੱਖ ਸੁਰਖੀਆਂ 'ਤੇ। ਪੰਜਾਬ 'ਚ ਕਿਨੂੰ ਦੀ ਪੈਦਾਵਾਰ 'ਚ ਆਈ ਗਿਰਾਵਟ, ਅਬੋਹਰ ਦੇ ਕਿਸਾਨਾਂ ਵੱਲੋਂ ਖਜੂਰ ਦੀ ਕਾਸ਼ਤ ਲਈ ਸਬਸਿਡੀ ਦੀ ਮੰਗ। ਬੀਟੀ ਕਾਟਨ ਬੀਜ ਦੀਆਂ ਕੀਮਤਾਂ 'ਚ ਵਾਧਾ, ਕਿਸਾਨਾਂ ਨੇ ਇਸ ਫੈਸਲੇ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ਮੱਧ ਪ੍ਰਦੇਸ਼ ਦੇ ਰੀਵਾ ਦੇ ਅੰਬ, ਮੋਰੋਨਾ ਦੇ ਗੱਚਕ ਤੇ ਧਮਤਰੀ, ਛੱਤੀਸਗੜ੍ਹ ਦੇ ਦੁਬਰਾਜ ਨੂੰ ਮਿਲਿਆ ਜੀ ਆਈਟੈਗ। 38 ਕਰੋੜ ਤੋਂ ਵੱਧ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਕੀਤਾ ਗਿਆ ਕਵਰ। ਬੀਮਾ ਕੰਪਨੀਆਂ ਨੇ 12 ਕਰੋੜ ਤੋਂ ਵੱਧ ਕਲੇਮ ਕੀਤੇ ਪ੍ਰਾਪਤ। ਮੁੱਖ ਮੰਤਰੀ ਮਾਨ ਵੱਲੋਂ ਫਸਲੀ ਕਰਜ਼ੇ ਦੀ ਵਸੂਲੀ ਮੁਲਤਵੀ, 6 ਲੱਖ ਤੋਂ ਵੱਧ ਕਿਸਾਨਾਂ ਨੂੰ ਮਿਲੇਗੀ ਰਾਹਤ। ਬਨੂੜ ਖੇਤਰ 'ਚ ਕਣਕ ਦੀ ਹੱਥਾਂ ਨਾਲ ਵਾਢੀ ਸ਼ੁਰੂ, 10 ਤੋਂ 15% ਤੱਕ ਝਾੜ ਕੱਟਣ ਦੇ ਆਸਾਰ। ਕੇਂਦਰ ਸਰਕਾਰ ਨੇ ਡੀਏ 'ਚ ਕੀਤਾ 4% ਦਾ ਵਾਧਾ, ਡੀਏ ਤੇ ਡੀਆਰ ਦੀ ਇੱਕ ਵਾਧੂ ਕਿਸ਼ਤ ਜਾਰੀ ਕਰਨ ਨੂੰ ਵੀ ਮਨਜ਼ੂਰੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਮੱਕੀ ਦੇ ਹਾਈਬ੍ਰਿਡ PMS 14 ਦੇ ਵਪਾਰੀਕਰਨ ਲਈ ਕੀਤਾ ਸਮਝੌਤਾ। ਪੰਜਾਬ 'ਚ ਕਿਸਾਨਾਂ ਨੂੰ ਵਿਸਾਖੀ ਤੱਕ ਮਿਲੇਗਾ ਫਸਲਾਂ ਦਾ ਮੁਆਵਜ਼ਾ, ਖੇਤੀਬਾੜੀ ਮੰਤਰੀ ਨੇ ਦਿੱਤੇ ਨਿਰਦੇਸ਼। ਆਹੁਣ ਜਾਂਦੇ ਨੇ ਖ਼ਬਰਾਂ ਵਿਸਥਾਰ 'ਚ। ਗਰਮੀਆਂ 'ਚ ਨਹਿਰੀ ਪਾਣੀ ਦੀ ਮਾੜੀ ਉਪਲਬਧਤਾ ਅਤੇ ਅਨੁਕੂਲ ਮੌਸਮੀ ਹਾਲਾਤਾਂ ਕਾਰਨ ਕਿਨੂੰ ਦੀ ਪੈਦਾਵਾਰ 'ਚ ਗਿਰਾਵਟ ਦਰਜ ਕੀਤੀ ਗਈ, ਜਿਸ ਤੋਂ ਪੰਜਾਬ ਦੇ ਅਬੋਹਰ ਖੇਤਰ ਦੇ ਅਗਾਂਹ ਵਧੂ ਕਿਸਾਨ ਦੁਖੀ ਹਨ। ਇਸ ਦੇ ਚੱਲਦਿਆਂ ਕਿਸਾਨਾਂ ਨੇ ਸਰਕਾਰ ਤੋਂ ਖਜੂਰ ਦੀ ਕਾਸ਼ਤ ਲਈ ਸਬਸਿਡੀ ਦੀ ਮੰਗ ਉਠਾਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਤੋਂ ਦੌਰੇ 'ਤੇ ਆਈ DC ਡਾਕਟਰ ਸਿੰਘ ਦੁੱਗਲ ਨੂੰ ਕਿਸਾਨਾਂ ਨੇ ਦੱਸਿਆ ਕਿ ਇਲਾਕੇ 'ਚ ਖਜੂਰ ਦੀ ਕਾਸ਼ਤ ਦੀ ਚੰਗੀ ਸੰਭਾਵਨਾ ਹੈ। ਉਹਨਾਂ ਨੇ ਕਿਹਾ ਕਿ ਇਹ ਘੱਟ ਖਾਰੇ ਪਾਣੀ ਵਾਲੀ ਜ਼ਮੀਨਾਂ, ਘੱਟ ਪਾਣੀ ਵਾਲੀਆਂ ਜ਼ਮੀਨਾਂ ਅਤੇ ਬੀਨ ਪ੍ਰਭਾਵਿਤ ਖੇਤਰਾਂ 'ਚ ਕੀਤਾ ਜਾ ਸਕਦਾ। ਨਾਲ ਹੀ ਉਹਨਾਂ ਨੇ ਕਿਹਾ ਕਿ ਖਜੂਰ ਦੀ ਖੇਤੀ ਸੂਬੇ 'ਚ ਫਸਲੀ ਵਿਭਿੰਨਤਾ 'ਚ ਮਦਦ ਕਰ ਸਕੀ। ਕੇਂਦਰ ਸਰਕਾਰ ਵੱਲੋਂ ਸਾਉਣੀ ਦੀ ਫਸਲ ਨਰਮੇ ਦੀ ਬਿਜਾਈ ਲਈ BT ਬੀਜ ਦੀਆਂ ਕੀਮਤਾਂ 'ਚ ਇਸ ਵਾਰ 43 ਰੁਪਏ ਪ੍ਰਤੀ ਪੈਕਟ ਦਾ ਵਾਧਾ ਕਰ ਦਿੱਤਾ ਗਿਆ। ਇਸ ਵਾਰ ਨਵੀਂ ਕੀਮਤ 853 ਰੁਪਏ ਹੈ, ਜਦਕਿ ਪਿਛਲੇ ਸਾਲ ਇਹ ਮੁੱਲ 810 ਰੁਪਏ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਹੁਣ ਦੇਸ਼ ਦੀਆਂ ਬੀਜ ਕੰਪਨੀਆਂ ਨੂੰ ਸਰਕਾਰ ਵੱਲੋਂ BT2 ਦੀਆਂ ਕੀਮਤਾਂ 853 ਰੁਪਏ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਵੱਧ ਰੇਟ ਵਸੂਲਣ 'ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਇਸ ਵਾਰ BT1 ਦੀਆਂ ਕੀਮਤਾਂ ਨੂੰ 635 ਰੁਪਏ ਰੱਖਿਆ ਗਿਆ ਹੈ, ਪਰ ਲੰਬੇ ਸਮੇਂ ਤੋਂ ਪੰਜਾਬ ਦੀ ਨਰਮਾ ਪੱਟੀ ਦੇ ਲੋਕ BT2 ਨੂੰ ਹੀ ਬੀਜਣ ਨੂੰ ਤਰਜੀਹ ਦੇ ਰਹੇ ਹਨ। ਉਂਝ ਸਰਕਾਰ ਵੱਲੋਂ BT1 ਦੀਆਂ ਕੀਮਤਾਂ 'ਚ ਇਸ ਵਾਰ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਵਾਸਤੇ ਪਿਛਲੇ ਸਾਲ ਵਾਲਾ ਰੇਟ ਹੀ ਤੈਅ ਕੀਤਾ ਗਿਆ। ਮਾਨਸਾ ਦੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾਕਟਰ ਸਤਪਾਲ ਸਿੰਘ ਰਾਏਕੋਟੀ ਨੇ ਦੱਸਿਆ ਕਿ ਕੀਮਤਾਂ ਵਾਲੇ ਬੀਜ ਦੇ ਪੈਕਟ ਬਿਜਾਈ ਦੇ ਸਹੀ ਸਮੇਂ 1 ਅਪ੍ਰੈਲ ਤੱਕ ਬਾਜ਼ਾਰ 'ਚ ਆਉਣ ਦੀ ਸੰਭਾਵਨਾ ਹੈ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਗਾ ਨੇ BT Cotton ਬੀਜ ਦੀਆਂ ਕੀਮਤਾਂ 'ਚ ਵਾਧੇ ਨੂੰ ਸਿਰੇ ਦਾ ਕਿਸਾਨ ਵਿਰੋਧੀ ਫੈਸਲਾ ਕਰਾਰ ਦਿੱਤਾ ਹੈ। ਦੇਸ਼ ਦੇ ਖੇਤੀ ਉਤਪਾਦਾਂ ਨੂੰ GI ਟੈਗ ਨਾਲ ਨਵੀਂ ਪਛਾਣ ਮਿਲੀ। ਹੁਣ ਤੱਕ ਕਈ ਖੇਤੀ ਉਤਪਾਦਾਂ ਨੂੰ GI ਟੈਗ ਦਿੱਤਾ ਜਾ ਚੁੱਕਾ ਹੈ। ਇਸੇ ਲੜੀ 'ਚ ਮੱਧ ਪ੍ਰਦੇਸ਼ ਰੀਵਾ ਦੇ ਸੁੰਦਰ ਜਾਂ ਅੰਬ, ਮੋਰੋਨਾ ਦੇ ਗੱਚਕ ਅਤੇ ਧਮਤਰੀ ਜ਼ਿਲ੍ਹੇ ਦੇ 14 ਦੇ ਸ਼ਹਿਰ ਦੁਬਰਾਜ ਦੀ ਵਿਸ਼ੇਸ਼ ਕਿਸਮ ਨੂੰ GI ਟੈਗ ਨਾਲ ਸਨਮਾਨਿਤ ਕੀਤਾ ਗਿਆ। GI ਟੈਗ ਮਿਲਣ ਤੋਂ ਬਾਅਦ ਇਹਨਾਂ ਉਤਪਾਦਾਂ ਨੂੰ ਹੁਣ ਦੇਸ਼ ਤੇ ਵਿਦੇਸ਼ ਦੀਆਂ ਬਾਜ਼ਾਰਾਂ 'ਚ ਪਛਾਣ ਮਿਲੇਗੀ। ਕਿਸੇ ਵੀ ਖੇਤਰ ਦੀ ਵਿਸ਼ੇਸ਼ ਵਸਤੂ ਜੋ ਉਸ ਖੇਤਰ ਨੂੰ ਛੱਡ ਕੇ ਹੋਰ ਕਿਤੇ ਨਹੀਂ ਮਿਲਦੀ, ਅਜਿਹੀਆਂ ਵਸਤੂਆਂ ਨੂੰ ਵਿਸ਼ੇਸ਼ ਮਾਨਤਾ ਦੇਣ ਲਈ GI ਟੈਗ ਦਿੱਤਾ ਜਾਂਦਾ ਹੈ। GI ਟੈਗ ਉਦਯੋਗ ਤੇ ਅੰਦਰੂਨੀ ਵਪਾਰ ਦੇ ਪ੍ਰਮੋਸ਼ਨ ਵਿਭਾਗ ਦੁਆਰਾ ਜਾਰੀ ਕੀਤਾ ਜਾਂਦਾ ਹੈ, ਜੋ ਕਿ ਵਣਜ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਰਾਜ ਸਭਾ 'ਚ ਫਸਲ ਬੀਮਾ ਯੋਜਨਾ ਦੇ ਸੰਬੰਧ 'ਚ ਡਾਟਾ ਜਾਰੀ ਕੀਤਾ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸਾਲ 2016 'ਚ ਸ਼ੁਰੂ ਕੀਤੀ ਗਈ ਸੀ, ਜਿਸ 'ਚ ਹੁਣ ਤੱਕ 38 ਕਰੋੜ ਤੋਂ ਵੱਧ ਕਿਸਾਨਾਂ ਨੂੰ ਕਵਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬੀਮਾ ਕੰਪਨੀਆਂ ਨੇ 12.37 ਕਰੋੜ ਤੋਂ ਵੱਧ ਕਲੇਮ ਪ੍ਰਾਪਤ ਕੀਤੇ ਹਨ। ਇਸ ਸਮੇਂ ਦੌਰਾਨ ਕਿਸਾਨਾਂ ਵੱਲੋਂ 25,252 ਕਰੋੜ ਰੁਪਏ ਦਾ ਪ੍ਰੀਮੀਅਮ ਅਦਾ ਕੀਤਾ ਗਿਆ, ਜਿਸ ਦੇ ਬਦਲੇ ਕਿਸਾਨਾਂ ਨੂੰ 1,30,015 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ। ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ 100 ਰੁਪਏ ਪ੍ਰੀਮੀਅਮ ਦੀ ਰਕਮ ਤੇ 514 ਰੁਪਏ ਅਦਾ ਕੀਤੇ ਗਏ ਹਨ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸਰਕਾਰ ਦੁਆਰਾ ਕਿਸਾਨਾਂ ਦੇ ਫਾਇਦੇ ਲਈ ਚਲਾਈ ਜਾ ਰਹੀ ਇੱਕ ਯੋਜਨਾ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ ਆਪਣੀ ਫਸਲ ਦੀ ਬਿਜਾਈ ਤੋਂ ਪਹਿਲਾਂ ਫਸਲੀ ਬੀਮੇ ਦੀ ਸਹੂਲਤ ਦਿੱਤੀ ਜਾਂਦੀ ਹੈ, ਤਾਂ ਜੋ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਜਿਵੇਂ ਬਰਸਾਤ, ਹੜ੍ਹ, ਸੋਕਾ, ਗੜੇਮਾਰੀ ਆਦਿ ਕਾਰਨ ਫਸਲਾਂ ਦੇ ਨੁਕਸਾਨ ਦਾ ਬੀਮੇ ਅਧੀਨ ਮੁਆਵਜ਼ਾ ਮਿਲ ਸਕੇ। ਪੰਜਾਬ 'ਚ ਗੜੇਮਾਰੀ ਅਤੇ ਬਾਰਿਸ਼ ਨਾਲ ਕਰੀਬ 8 ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਏ ਹਨ ਅਤੇ ਕਿਸਾਨਾਂ ਦਾ ਕਰੀਬ 4,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਚੱਲਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਮੌਸਮੀ ਬਾਰਿਸ਼ ਅਤੇ ਝੱਖੜ ਨਾਲ ਹੋਈ ਫਸਲੀ ਖਰਾਬੇ ਦੇ ਮੱਦੇਨਜ਼ਰ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ CM ਮਾਨ ਨੇ ਕਿਸਾਨਾਂ ਦੇ ਹਿੱਤ 'ਚ ਇੱਕ ਅਹਿਮ ਫੈਸਲਾ ਲਿਆ ਹੈ। ਦਰਅਸਲ ਮੁੱਖ ਮੰਤਰੀ ਮਾਨ ਨੇ ਬੇਮੌਸਮੀ ਬਾਰਿਸ਼ ਅਤੇ ਝੱਖੜ ਨਾਲ ਹੋਈ ਫਸਲੀ ਖਰਾਬੇ ਦੇ ਮੱਦੇਨਜ਼ਰ ਕਿਸਾਨਾਂ ਵੱਲੋਂ ਪੰਜਾਬ ਰਾਜ ਸਹਿਕਾਰੀ ਬੈਂਕ ਤੋਂ ਲਈ ਹਾੜੀ ਦੇ ਫਸਲੀ ਕਰਜ਼ੇ ਦੀ ਵਸੂਲੀ ਮੁਲਤਵੀ ਕਰ ਦਿੱਤੀ। ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸੰਭਾਵਾਂ ਦੇ ਕਿਸਾਨ ਮੈਂਬਰਾਂ ਤੋਂ ਫਸਲੀ ਕਰਜ਼ੇ ਦੀ ਮੁੜ ਅਦਾਇਗੀ ਨੂੰ ਰੋਕਿਆ ਗਿਆ। ਉਹਨਾਂ ਨੇ ਕਿਹਾ ਕਿ ਕਿਸਾਨ ਫਸਲੀ ਨੁਕਸਾਨ ਦੀ ਭਰਪਾਈ ਮਗਰੋਂ ਕਰਜ਼ਾ ਵਾਪਸ ਕਰ ਸਕਦੇ ਹਨ।
मुख्यमंत्री ने कर्जा वसूली मुलतवी समय दौरान किसानों को पैन वाले ब्याज में भी मुआफ कर दिया है। इस ब्याज की भरपाई सरकार द्वारा की जाएगी। मुख्यमंत्री ने कहा कि इस फैसले नाल बड़ी गिनती च किसान डिफॉल्टर होने तो बचेंगे ते अगली फसल लई कर्जा लैण दे योग बनेंगे। बनूड़ खेतर च हाड़ी की प्रमुख फसल कनक की वाढ़ी आरंभ हो गई। पिंड खेड़ा गजू गोबिंदगढ़ च प्रवासी मजदूरों ने हाथों नाल कनक की वाढ़ी शुरू कर दी। अगले एक दो दिन तक खेत सुकन मगरों कंबाइन नाल भी कनक की कटाई शुरू हो जाएगी। पिछले दिन पए मीह ते तेज हवावां कारण कनक की फसल धरती उत्ते विछी हुई है ते इस नूं कटण च मुश्किल आ रही है। दूजे पासे किसानों ने कनक का झाड़ 10-15% कटण दा खर्चा भी भरता है। केंद्र सरकार ने महंगाई भत्ते डीए च 4% का वाधा किया है, जिस नाल सरकारी कर्मचारियों दी तनखाहां च वाधा होगा। यह वाधा देश में महंगाई दर के अनुसार है। सरकार ने 1 जनवरी 2023 को केंद्र सरकार के कर्मचारियों पेंशनरों डीए ते महंगाई राहत डीआर दी एक वाधू किश्त जारी करने की मंजूरी दे दी। डीए ते डीआर च 4% वाधे नाल केंद्र सरकार के 47.58 लाख कर्मचारियों की तनखाह 69.76 लाख पेंशनरों की पेंशन राशि च वाधा होगा। डीए कर्मचारियों की मुढ़ली तनखाह से आधारित है, जदों की डीआर उन्हों की मुढ़ली पेंशन से आधारित है। पंजाब एग्रीकल्चर यूनिवर्सिटी ने मक्की के हाइब्रिड PMX-14 के लाइसेंस देने लई खालिस फर्टिलाइजर एंड सीड फार्म हरियाणा नाल समझौता किया। खोज के डायरेक्टर डॉक्टर अजमेर सिंह ढट के प्रोपाइटर पूरनजोत सिंह विर्क ने अपने संबंधित संस्थावां की तरफों समझौते पर हस्ताक्षर किए। डॉक्टर सुरिंदर संधु इंचार्ज मक्की सैक्शन ने दसिया कि PMX-14 एक उच्च उपज वाला हाइब्रिड है, जिसका औसत झाड़ 24.8 क्विंटल प्रति एकड़ है ते यह 98 दिनों च पक जाती है। इस विच लंबे शूक बेलकनार कण होंगे, जिस विच पीले संतरे रंग के मोटे दाने होंगे। यह मैटिस के पत्तियां के झुलसन मक्की के तने वाले बोरे ते डिगण वाले आर्मी कीड़े लई औसतन रोधक हैं। पंजाब के खेतीबाड़ी मंत्री कुलदीप सिंह धालीवाल ने किसानों तक जल्दी तो जल्दी विसाखी तक मुआवजा पहुंचाने लई अधिकारियों नाल मीटिंग की। इस दौरान मंत्री धालीवाल ने खेती विभाग के सारे फील्ड अधिकारियों नूं बीते दिन मीह कारण खराब हुई फसलों के असल आंकड़े जल्द तो जल्द भेजने के हुक्म दिए। उन्होंने नकली खादा नकली कीटनाशक दवाइयां बारे गंभीर नोटिस लैंदियां ऐलान किया कि छेती ही किसानों की सहूलत लई एक वखरा शिकायत नंबर जारी किया जाएगा। मंत्री कुलदीप सिंह धालीवाल ने किसानों नूं भरोसा दिवाते हुए कहा कि वह चिंता न करन, उन्हें दे नुकसान की भरपाई जिनी जल्दी हो सके उन्नी जल्दी की जाएगी। यह सब इस हफ्ते दी खेतीबाड़ी नाल जुड़ियां खास खबरां नवीं ते ताज़ा खबरां जानने लई अज ही सबसक्राइब करो किसी जागरण पर जाबू सच।